ਮਾਮਲਾ ਸੀ ਜਿਹੜਾ ਝਗੜਾ ਹੋਇਆ ਇੱਕ ਪੱਤਰਕਾਰ ਨੂੰ ਕੁੱਟਿਆ ਗਿਆ ਨਾਲ ਇੱਕ ਪੁਲਿਸ ਵਾਲੇ ਦੇ ਨਾਲ ਹੀ ਹੱਥਪਾਈ ਹੋਈ ਕੀ ਗੱਲ ਹਾਂਜੀ ਇਹਦੇ ਵਿੱਚ ਅਲਫਾ 1 ਦੇ ਸਾਹਮਣੇ ਬਿਲਕੁਲ ਇੱਕ ਹੋਟਲ ਹੈ ਹੋਟਲ DNR ਇੱਥੇ ਲਾਇੰਸ ਕਰਾਬ ਦੇ ਕੁਝ ਅਹੁਦੇਦਾਰਾਂ ਦੀ ਇਲੈਕਸ਼ਨ ਹੋ ਰਹੀ ਸੀ ਜੋ ਇਲੈਕਸ਼ਨ ਦੌਰਾਨ ਹੀ ਇਹਨਾਂ ਦੀ ਆਪਸ ਵਿੱਚ ਟੂਟੂ ਮਹਿਮਹਿ ਹੋ ਗਈ ਅਤੇ ਗੱਲ ਲੜਾਈ ਝਗੜੇ ਤੱਕ ਆ ਗਈ ਜੋ ਉੱਥੇ ਲੜਾਈ ਝਗੜਾ ਕਰਦੇ ਕਰਦੇ ਬਾਹਰ ਆ ਗਏ ਜੋ ਮੌਕੇ 'ਤੇ ਸਾਡੇ ਜਿਹੜੇ ਪੁਲਿਸ ਪਾਰਟੀ ਉੱਥੇ ਪਹੁੰਚੀ ਉਹਨਾਂ ਨੇ ਬੜੀ ਹੁਸ਼ਿਆਰੀ ਦੇ ਨਾਲ ਇਹਨਾਂ ਨੂੰ ਕੰਟਰੋਲ ਵਿੱਚ ਕੀਤਾ ਅਤੇ ਇਸੇ ਤਰ੍ਹਾਂ ਹੀ ਇੱਕ ਸਾਡੇ ਪੱਤਰਕਾਰ ਮਨਜਿੰਦਰ ਸਿੰਘ ਉੱਥੇ ਮੌਕੇ 'ਤੇ ਆ ਕੇ ਕਵਰਿੰਗ ਕਰਨ ਲੱਗ ਪਏ ਇਹਨਾਂ ਨੇ ਉਹਦੇ ਪੱਤਰਕਾਰ ਦੇ ਨਾਲ ਵੀ ਕੁੱਟਮਾਰ ਕੀਤੀ ਅਤੇ ਉਹਨਾਂ ਕੋਲ ਮੋਬਾਈਲ ਖੋ ਕੇ ਲੈ ਗਏ ਜੋ ਇਸ ਸੰਬੰਧ ਵਿੱਚ ਅਸੀਂ ਮੁਕੱਦਮਾ ਨੰਬਰ 167 ਮਿਤੀ 25/6/2021 ਅੰਡਰ ਸੈਕਸ਼ਨ 370 B34 IPC ਦਰਜ ਰਜਿਸਟਰ ਕੀਤਾ ਅਤੇ ਜੋ ਇਹਨੇ ਕਲਪ੍ਰੀਤ ਦੀ ਅਸੀਂ ਪਛਾਣ ਕਰਕੇ ਜਲਦੀ ਇਹਨੀ ਗ੍ਰਿਫਤਾਰ ਕਰ ਲਓ ਇਹਦੇ ਵਿੱਚ ਕੁੱਲ ਜਿਹੜੇ ਮੇਨ ਜਿਹੜੇ ਕੁੱਟਮਾਰ ਕਰਦੇ ਉਹ 3-4-5 ਜਣੇ ਅਤੇ ਬਾਕੀ ਜਿਹੜੇ ਹੋਰ ਵੀ ਇਹਨਾਂ ਦੇ ਨਾਲ ਜਿਹੜੇ ਕੋਈ ਹੈਗੇ ਆ ਉਹਨਾਂ ਨੂੰ ਅਸੀਂ ਵੈਰੀਫਾਈ ਕਰਕੇ ਅਤੇ ਹਾਂਜੀ CCTV ਕਿਸ ਤਰ੍ਹਾਂ ਦੇਖਦੇ ਹਾਂ ਕਿ ਇੰਨੇ ਹੌਸਲੇ ਵਧੇ ਨੇ ਚਾਹੇ ਪੁਲਿਸ ਹੋਵੇ ਚਾਹੇ ਮੀਡੀਆ ਹਰ ਇੱਕ ਉੱਤੇ ਇਸ ਤਰ੍ਹਾਂ ਅਟੈਕ ਕਰਨਾ ਕਿੰਨਾ ਕੁ ਸਹੀ ਦੇਖੋ ਇਹ ਜਦੋਂ ਇਹਨਾਂ ਦੀ ਲੜਾਈ ਹੋਈ ਅਤੇ ਅਸੀਂ ਸਾਡੀ ਜਿਹੜੀ ਪੁਲਿਸ ਪਾਰਟੀ ਸੀ ਉਹਨੇ ਕਾਫੀ ਮਤਲਬ ਵਧੀਆ ਤਰੀਕੇ ਨਾਲ ਇਹਨਾਂ ਨੂੰ ਹੈਂਡਲ ਕੀਤਾ ਪਰੰਤੂ ਇਹ ਉਦੋਂ ਨਹੀਂ ਹਟੇ ਅਤੇ ਫਿਰ ਇਹਨਾਂ ਨੇ ਹਮਲਾਵਰ ਹੋ ਕੇ ਇਹਨਾਂ ਨੇ ਸਾਡੇ ਪ੍ਰੈਸ ਰਿਪੋਰਟਰ ਉਹਨਾਂ 'ਤੇ ਹਮਲਾ ਕਰ ਦਿੱਤਾ ਹਾਂਜੀ ਇਹਨੂੰ ਅਸੀਂ ਇਹਨਾਂ ਨੂੰ ਅਸੀਂ ਜਲਦ ਤੋਂ ਜਲਦ ਅਸੀਂ ਗ੍ਰਿਫਤਾਰ ਕਰ ਲਵਾਂਗੇ ਸਰ ਮੈਂ ਮਨਜਿੰਦਰ ਸਿੰਘ ਅੰਮ੍ਰਿਤਸਰ ਦਾ ਪੱਤਰਕਾਰ ਹਾਂ ਅਤੇ ਮੈਂ ਆਪਣੇ ਆਫਿਸ ਤੋਂ ਘਰ ਨੂੰ ਜਾਂਦਾ ਪਿਆ ਅਤੇ ਰਸਤੇ ਦੇ ਵਿੱਚ ਜੀਟੀ ਰੋਡ ਦੇ ਉੱਪਰ ਅਲਫਾ 1 ਲੱਗ ਗਏ ਦੋ ਧਿਰਾਂ ਦੇ ਵਿੱਚ ਲੜਾਈ ਹੋ ਰਹੀ ਸੀ ਅਤੇ ਉੱਥੇ ਹੀ ਮੈਂ ਆਪਣਾ ਫਰਜ਼ ਨਿਭਾਉਂਦੇ ਹੋਏ ਆਪਣੀ ਵੀਡੀਓ ਸ਼ੂਟ ਕਰਦਾ ਪਿਆ ਸੀ ਜਿਹਦੇ ਵਿੱਚ ਪਹਿਲਾਂ ਮੁਲਾਜ਼ਮ ਨੂੰ ਕੁੱਟ ਰਹੇ ਸੀ ਅਤੇ ਉਹ ਮੁਲਾਜ਼ਮ ਨੂੰ ਛੱਡ ਕੇ ਵੀਡੀਓ ਬਣਾਉਂਦੇ ਹੋਏ ਮੈਨੂੰ ਮੇਰੇ ਉੱਤੇ ਸਾਰਾ ਉਹਨਾਂ ਨੇ ਜਿਹੜੇ 10 ਲੜਕੇ ਸੀ ਉਹ ਮੇਰੇ ਉੱਤੇ ਆ ਕੇ ਹਮਲਾ ਉਹਨਾਂ ਨੇ ਚਾਲੂ ਕਰ ਦਿੱਤਾ ਅਤੇ ਮੇਰਾ ਫੋਨ ਅਤੇ ਚੈਨੀ ਸੀ ਅਤੇ ਮੇਰੀ ਕੁੱਟਮਾਰ ਕੀਤੀ ਇੱਥੇ ਤੱਕ ਕਿ ਉਹਨਾਂ ਨੇ ਮੈਨੂੰ ਟਰੱਕ ਦੇ ਅੱਗੇ ਸੁੱਟਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਅਤੇ ਸਾਰੀ ਜਿਹੜੀ ਘਟਨਾ CCTV ਦੇ ਵਿੱਚ ਜਿਹੜੀ ਕੈਦ ਹੋ ਗਈ ਹੈ ਅਤੇ ਹੁਣ ਮੈਂ ਮੰਗ ਇਹ ਕਰ ਰਿਹਾ ਕਿ ਪ੍ਰਸ਼ਾਸਨ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਨੇ ਅਜੇ ਤੱਕ ਕੀ ਕੀਤਾ ਕਿਹੜੀ ਕਾਰਵਾਈ ਕੀਤੀ ਹੈ ਕੁਛ ਕਿਸੇ ਨੂੰ ਅਰੈਸਟ ਕੀਤਾ ਗਿਆ ਕਿ ਨਹੀਂ ਕੀਤਾ ਨਹੀਂ ਉਹਨਾਂ ਵੱਲੋਂ ਕਿਹਾ ਜਾਇਆ ਕਿ ਜਿਹੜਾ ਪਰਚਾ ਦਰਜ ਕੀਤਾ ਗਿਆ ਅਤੇ ਜਿਹੜੀ ਅਗਲੀ ਕਾਰਵਾਈ ਬਣਦੀ ਉਹ ਕੀਤੀ ਜਾਵੇਗੀ ਜ਼ਿਲ੍ਹਾ ਗਵਰਨਰ ਲਾਇਨਸ ਕਲੱਬ ਇੰਟਰਨੈਸ਼ਨਲ ਕੱਲ੍ਹ ਇਮੀਡੀਏਟ ਪਾਸ ਡਿਸਟ੍ਰਿਕਟ ਗਵਰਨਰ GS ਮੱਕੜ ਜੀ ਕੇ ਇਨਵੀਟੇਸ਼ਨ ਪੇ DNR ਹੋਟਲ ਮੇ ਇੱਕ ਚੁਣਾਵ ਕੇ ਲਈ ਪਹੁੰਚਾ ਥਾ ਉਸਮੇ ਤਕਰੀਬਨ 250 ਲੋਕੋ ਕੋ ਉਨ੍ਹੋਂਨੇ ਇਨਵਾਈਟ ਕੀਆ ਥਾ ਔਰ ਮੇਰਾ ਕੁਛ ਮੁੱਦੋਂ ਪੇ ਸਹਿਮਤੀ ਮੇਰੀ ਜ਼ਰੂਰ ਰਹੀ ਔਰ ਇਹ ਵੀ ਇੱਕ ਮੁੱਦਾ ਥਾ ਕਿ ਇਤਨੇ ਲੋਕ ਕੋਵਿਡ ਮੇ ਕਿਉਂ ਇਕੱਠਾ ਕੀਏ ਗਏ ਹੈ ਔਰ ਇਸਕਾ ਜੋ ਸਿਲਾ ਮਿਲਾ ਮੈਂ ਜੋ ਮਿਲਾ ਕਿ ਜਬ ਮੀਟਿੰਗ ਕੇ ਬਾਅਦ ਮੈਂ ਬਾਹਰ ਨਿਕਲਾ ਹੋਟਲ 'ਚ ਤੋ ਲੋਇਨ PS ਚਾਵਲਾ ਲੋਇਨ ਜੋ ਹਮਾਰੇ ਪੂਰਵ ਗਵਰਨਰ ਹੈ ਸਾਥ ਮੇ ਹਰਦੀਪ ਸਿੰਘ ਖੜਕਾ ਜੋ ਸਿਟਿੰਗ ਗਵਰਨਰ ਹੈ ਉਨ ਲੋਕੋ ਕੇ ਇਸ਼ਾਰੋ ਪਰ ਕੁਛ ਕਿਰਾਏ ਕਿ ਸ਼ਾਇਦ ਗੁੰਡੇ ਹੋਂਗੇ ਜ਼ਰੂਰ ਜਿਨ੍ਹੋਂਨੇ ਮੁਝੇ ਪਕੜ ਲਿਆ ਔਰ ਮੁਝੇ ਬਹੁਤ ਬੁਰੀ ਤਰ੍ਹਾਂ ਉਨ੍ਹੋਂਨੇ ਮਾਰਾ ਔਰ ਬਲਕਿ ਉਨਕੇ ਇਹ ਹੁਆ ਕਿ ਸਾਰੇ ਲੋਕ ਵਹਾਂ ਪੇ ਇਕੱਠੇ ਹੋਏ ਔਰ ਇੱਕ ਮੀਡੀਆ ਕਰਮੀ ਜੋ ਮੇਰੀ ਫੁਟੇਜ ਬਣਾ ਰਹਾ ਥਾ ਉਸਕੇ ਬਾਅਦ ਉਨ੍ਹੋਂਨੇ ਉਸ ਪੇ ਅਟੈਕ ਕੀਆ ਮੇਰਾ ਕੰਸਲਟੇਸ਼ਨ ਥੋੜ੍ਹਾ ਸਾ ਕਮ ਹੁਆ ਤੋ ਮੈਂ ਨਿਕਲਨੇ ਕੀ ਕੋਸ਼ਿਸ਼ ਕਰ ਰਹਾ ਥਾ ਪੁਲਿਸ ਵਾਲੋਂ ਨੇ ਇੰਟਰਵੀਨ ਕੀਆ ਬਲਕਿ ਉਨਕੇ ਇਤਨੇ ਹੌਸਲੇ ਬੁਲੰਦ ਥੇ ਕਿ ਪੁਲਿਸ ਵਾਲੋਂ ਕੋ ਵੀ ਉਨ੍ਹੋਂਨੇ ਕਿ ਗ੍ਰਹਿਵਾਨ ਪਕੜ ਲਿਆ ਪੁਲਿਸ ਵਾਲੋਂ ਕੋ ਮਤਲਬ ਇਤਨੇ ਉਹ ਮੈਂ ਐਕਸਟ੍ਰੀਮਲੀ ਮੈਂ ਬਿਆਨ ਨਹੀਂ ਕਰ ਸਕਦਾ ਕਿ ਇਤਨੇ ਬੁਰਾ ਕੀਆ ਹੈ ਉਨ ਲੋਕੋ ਨੇ ਉਹ ਦੇ ਆਰ ਪ੍ਰੋਫੈਸ਼ਨਲਸ ਕਿ ਉਨ੍ਹੇ ਕੋਈ ਡਰ ਨਹੀਂ ਥਾ ਪੁਲਿਸ ਕਾ ਐਡਮਿਨਿਸਟ੍ਰੇਸ਼ਨ ਕਾ ਉਸਕੇ ਬਾਅਦ ਮੈਂ ਕਿਆ ਮਾਂ ਪੁਲਿਸ ਮਾਂ ਕਿਆ ਕਰਤੇ ਹੋ ਮੇਰਾ ਮਾਨ ਤੋ ਇਹ ਕਿ ਦੇਖੀਏ ਜੋ ਲੋਕ ਵੀ ਇਸਕੇ ਪੀਛੇ ਹੈ ਮੈਂ ਤੋ ਨਾਮ ਸੇ ਜਾਣਤਾ ਹੂੰ ਉਨਕੋ ਕਮ ਸੇ ਕਮ ਉਨ੍ਹੇ ਸਜ਼ਾ ਮਿਲਨੀ ਚਾਹੀਏ ਮੇਰੇ ਮੈਂ ਡਰੈਸਡ ਮੈਂ ਐਕਚੁਲੀ ਵੀਵਿੰਗ ਯੂਜ਼ ਕਰਤਾ ਹੂੰ ਮੇਰੀ ਉਹ ਵੀਵਿੰਗ ਉਖਾੜ ਲਈ ਗਈ ਪਬਲਿਕਲੀ ਔਰ ਮੈਂ ਮੇਰੀ ਚੇਨ ਜੋ ਹੈ ਉਹ ਖਿੱਚ ਲਈ ਗਈ ਸਨੈਚ ਕਰ ਦੀ ਗਈ ਔਰ ਵਹਾਂ ਪੇ ਧੱਕਾ ਦਿਆ ਗਿਆ ਇਸਕੀ ਵੀਡੀਓਗ੍ਰਾਫੀ ਮੇਰੇ ਪਾਸ ਅਵੇਲੇਬਲ ਹੈ ਜੋ ਕਿ ਫੁਟੇਜ ਹਮੇ ਹੋਟਲ ਸੇ ਮਿਲੀ ਹੈ ਵੀ ਹੈਵ ਆਲ ਦਾ ਐਵੀਡੈਂਸ ਔਰ ਮੈਂ ਮੇਰੀ ਡਿਮਾਂਡ ਹੈ ਕਿ ਇਨ ਲੋਕੋ ਕੋ ਸਖਤ ਸੇ ਸਖਤ ਸਜ਼ਾ ਦੀ ਜਾਏ ਜੋ ਇੱਕ ਡੈਮੋਕ੍ਰੇਟਿਕ ਪ੍ਰੋਸੈਸ ਕੋ ਇਤਨੀ ਬੁਰੀ ਤਰੀਕੇ ਸੇ ਆਪਣੇ ਸੈਲਫ ਮੋਟਿਵ ਕੇ ਲਈ ਉਹ ਇਸ ਤਰੀਕੇ ਸੇ ਲੋਕੋ ਕੋ ਇਤਨਾ ਉਨ੍ਹੋਂਨੇ ਮੇਰੇ ਕੋ ਆਈ ਜਸਟ ਹੈਵ ਨੋ ਵਰਡਸ ਟੂ ਸੇ ਕਿ ਜ਼ਲੀਲ ਮੈਂ ਜ਼ਿੰਦਗੀ ਮੈਂ ਇਤਨਾ ਕਭੀ ਨਹੀਂ ਹੋਗਾ ਜੋ ਮੇਰੇ ਕੋ ਕੱਲ੍ਹ ਜੋ ਇਹਨਾਂ ਨੇ ਸਲਾਹ ਦਿਆ ਹੈ ਇਸ ਲਈ ਸਖਤ ਸਖਤ ਇਨ ਲੋਕੋ ਕੇ ਖਿਲਾਫ ਐਕਸ਼ਨ ਲੈਣਾ ਚਾਹੀਏ।